سات وفی کل صاحب ولیم و حافظہ و قائدم و ناصراؤ مدلیلم و آئینہ حتیٰ تشکنہ ارزقتون و تمت فیحا طویلا یا رب الحسین بحق الحسین اشف صدر الحسین بظہور الحجت القائم علیہ الصلاۃ والسلام. اللہ چودہ دی عزت دا واسطہ ذکر پاک قبول فرما، میرے سرداراں دی محنت قبول فرما، پیر شبیر شاہ صاحب دی قبر روشن فرما، درجات عالی و متعالی فرما. مومنین حاضرین، اگر کوئی مریض ہے تو صحت عطا فرما، کوئی مقروض ہے تو قرض غیب تو ادا فرما. خالق مالک التجا ہے غریب مومنین دی غربت دور فرما، ہر بندے نو واجبات ادا کرن دی توفیق عطا فرما. خالق مالک اول و آخر دعا ہے پاک وارث ولی الامر مولا دی ظہور ای تاجیل فرما، سانو بادشاہ دی زیارت دی قابل بنا. برحمت کیا او ارحم الراحمین، اللہم صلی علی محمد و آل محمد. اللہ اکبر، یا رسول اللہ، یا علی صلی اللہ علیہ وسلم. کوشش کرو بلند صلوات، اللہم صلی اللہ، مہربانی جی. اجازت ہے بھی نوکری پاک شروع کریے، مولا سلامت رکھے، حکم پورا ہو گیا، وعدہ وفائی ہو گئی، حاضری یہ بادشاہ دے دربار ہے، حاضری دیون واسطے نوکر حاضر ہے جی. کوشش ہے بھی تھوڑا پڑھا، نوکری پوری کر جاواں جی. ایک سلوات ایسی پڑھو جو پردے والا وارث راضی ہو جاوے. اعوذ باللہ من الشیطان الرجیم، بسم اللہ الرحمن الرحیم. صلوات الحمدللہ والصلاه والسلام على من كان نبيا وآدم بين الماء والتين صلوات حت ودا کے کھڑیا دیے خیرات نہیں حق اپنا تے اصحاب تو منگ دی پیاں میں پیو دے علم دی آئے وارس مت سمجھے میں بھول لفظ اگلا اوکھے دعا پتراں دا سہارا لیس سہارا لے کے آدیے بہو دیر تائیں نمی کھڑ سگری تے سلطان پیو دی دھیاں میرے کوئی نہیں مار بھراواں دے تائیں خالی ویندی جی میں نوکر ہاں سید میں نوکر ہاں جی میں نوکر ہاں نوکر ہاں رو کے آدیے بہو دیر تائیں نمی کھڑ سنگری تے سلطان پیوں دی دھیاں میرے کوئی نہیں مان بھراواں والے تائیں خالی ویندی سبحان اللہ. بسم اللہ جی، بسم اللہ جی، میں نوکر ہاں جی بابا نوکر چاچا حق نہیں آئی ہر بندے دی اکھ چاں سو آ گئے رنیے ترو کیا دیے خیرات نہیں میں حق اپنا تے اصحاب تو منگ دی پیاں میں پیو دے علم دی آئے وہ وارس مت سمجھے میں بھول
ਗਈਆਂ ਰੁਨੀਆਂ ਤੇ ਰੋ ਕੇ ਆਦੀ ਬੌਂਦੈਰ ਤਾਈ ਨਿਮੀ ਖੜ ਸੰਗਦੀ ਤੇ ਸੁਲਤਾਨ ਪਿਓ ਦੀ ਧੀਆਂ ਮੇਰੇ ਕੋਈ ਨਹੀਂ ਮਾਣ ਵੀਰਾਵਾਂ ਦੇ ਤਾਈ ਖਾਲੀ ਵਹਿੰਦੀ ਅਲਹਮਦੁਲਿਲਾ ਬੜੀ ਕਬੂਲੀਅਤ ਅਲੀ ਸਫੇ ਦਿਨ ਬੀਸੇ ਬੀਬੀ ਦਿਨ ਯਕੀਨ ਮੌਕਮ ਨਾਲ ਹਰ ਬੰਦਾ ਪਹੁੰਚ ਵੀ ਗਿਆ ਹਰ ਬੰਦਾ ਰੋ ਵੀ ਪਿਆ ਬੜੇ ਸਿਆਣੇ ਲੋਕ ਚਾਚਾ ਖਿਜ਼ਰ ਜੀ ਭਾਈ ਜ਼ੈਦ ਬੜੇ ਬਾਬਾ ਖੁਰਸ਼ੀਦ ਸ਼ਾਹ ਸਿਆਣੇ ਲੋਕ ਮਿੰਬਰ ਦੇ ਸਾਹਮਣੇ ਜਾਣਾ ਲੈ ਤੂੰ ਅਜ਼ਾਦਾਰ ਹੈ ਇਬਾਦਤ ਜੀ ਬਿਸਮਿਲਾ ਰੁਨੀਏ ਤਰੋ ਕਿਆ ਜੀ ਬਹੁੰਦੇ ਤਾਈ ਨਿਮੀ ਖਾਰ ਸੰਗਰੀ ਤੇ ਸੁਲਤਾਨ ਪਿਓ ਦੀ ਧੀਆਂ ਮੇਰੇ ਕੋਈ ਨਹੀਂ ਮਾਣ ਫਿਰਾਵਾਂ ਦੇ ਤਾਈਂ ਖਾਲੀ ਵਹਿੰਦੀ ਹਰ ਬੰਦਾ ਰੋ ਪਿਆ ਲੇਕਿਨ ਇਬਾਦਤ ਦੇ ਇਜ਼ਾਫੇ ਵਾਸਤੇ ਇੱਕ ਲਫ਼ਜ਼ ਆਖਣੇ ਜ਼ਿੰਦਗੀ ਦਾ ਰੋਣ ਬਣਵੇ ਸੀ ਜੀ ਬਿਸਮਿਲਾ ਜੀ ਬਿਸਮਿਲਾ ਬੜੀ ਸੋਹਣੀ ਗੱਲ ਕੀਤੀ ਸਾਡੇ ਦੁਆ ਮੰਗ ਸ਼ਾਲਾ ਧੀਆਂ ਦੇ ਪੇਕੇ ਵਸਦੇ ਹੋਵੇ ਜਿਹਦੇ ਪੇਕੇ ਨਾ ਹੋਵੇ ਨੀ ਇਹ ਗੱਲ ਤਾਂ ਆਦੀ ਆਈ ਜੀ ਮੇਰਾ ਫਿਰਾ ਹੋਵੇ ਆ ਮੈਂ ਦਰਬਾਰ ਨਾ ਹੀ ਹੋਵਾਂ ਮੈਂ ਬਤੂਲ ਦਾ ਫਿਰਾ ਜੂ ਕੋਈ ਨਹੀਂ ਅਗਲੇ ਵਹਿਣ ਵਾਸਤੇ ਲਫ਼ਜ਼ ਦੀ ਜ਼ਰੂਰ ਕਦਰ ਕਰੇ ਜਿਹੜਾ ਪੂਰੀ ਜ਼ਿੰਦਗੀ ਰੋਵਣਾ ਚਾਹੁੰਦਾ ਇਹ ਦਿਨ ਬੀਬੀ ਦੇ ਸ਼ੁਰੂ ਹੋ ਗਏ ਹਰ ਜਗ੍ਹਾ ਤੇ ਜ਼ਿਦਾਰੀ ਉਸ ਕੋਸ਼ਿਸ਼ ਅੱਛਾ ਮੈਂ ਨੌਕਰ ਹਾਂ ਮੈਂ ਹਜ਼ਾਰ ਦਫ਼ਾ ਆਖ ਦਿੰਦਾ ਰੁਨੀਏ ਤੇ ਰੋ ਕੇ ਅਜੇ ਬਹੁੰਦੇ ਤਾਈਂ ਨਿਮੀ ਖੜ ਸੰਗਦੀ ਤੇ ਸੁਲਤਾਨ ਪਿਓ ਦੀ ਧੀਆਂ ਮੇਰੇ ਕੋਈ ਨਹੀਂ ਮਾਂ ਵੀਰਾਵਾਂ ਦੇ ਤਾਈਂ ਖਾਲੀ ਵਹਿੰਦੀ ਜ਼ਿੰਦਗੀ ਦਾ ਰਾਜ਼ ਹੋਵੇ ਜਿਹੜੀ ਦੁਖੀ ਹੋਵੇ ਜਿਹੜੀ ਔਖੀ ਹੋਵੇ ਮਾਂ ਜਿਹੜੀ ਗਰੀਬ ਹੋਵੇ ਮਾਂ ਦੇ ਉੱਤੇ ਜਿਹਦਾ ਔਖਾ ਵੇਲਾ ਆਵੇ ਮਾਂ ਜਿਹਦੀ ਔਖੀ ਹੋਵੇ ਮਾਂ ਪੁੱਤਰਾਂ ਦੀ ਕਸਮ ਨਹੀਂ ਜੈਂਦੀ ਪਿਓ ਦੇ ਦਰਬਾਰ ਆਈ ਖੜੀ ਏ ਸੱਜਾ ਹੱਥ ਹਸਨ ਦੇ ਸਰ ਤੇ ਖੱਬਾ ਹੁਸੈਨ ਦੇ ਸਰ ਤੇ ਰੱਖਿਆ ਦੀ ਮੁਸਲਮਾਨ ਮੈਨੂੰ ਪੁੱਤਰਾਂ ਦੀ ਕਸਮ ਏ ਮੈਂ ਸੱਚੀ ਹਾਂ ਅਰੇ ਮੁਸਲਮਾਨ ਮੇਰੇ ਪੁੱਤਰ ਇਮਾਮ ਮੈਂ ਬਤੂਲ ਸਦਕੇ ਬਾਈ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਤੁਹਾਡੇ ਹਾਏ ਕਰਨ ਦੀ ਬਿਸਮਿਲਾ ਅੱਛਾ ਬਿਸਮਿਲਾ ਬਿਸਮਿਲਾ ਨੋ ਕਰਾਂ ਪੁਰਾਣੇ ਦਾ ਕਰੀਨ ਅੱਲਾ ਕਬਰਾਂ ਰੋਸ਼ਨ ਕਰੇ ਸੁਲਤਾਨ ਗੁਜ਼ਰ ਗਏ ਬੜਾ ਸੋਹਣਾ ਜਿਹਾ ਲਫ਼ਜ਼ ਬੜਾ ਸੋਹਣਾ ਜਿਹਾ ਵਹਿਣ ਲੱਗੇ ਤੇ ਪੜ ਗਏ ਜ਼ਿੰਦਗੀ ਦਾ ਰੋਣ ਬਣਵੇ ਸੀ ਬਿਸਮਿਲਾ ਅੱਲਾਹ ਅਕਬਰ ਬਿਸਮਿਲਾ ਚਾਚਾ ਖਿਜ਼ਾਰਾ ਦੇ ਦੱਸੋ ਜਾਓ ਸਲਮਾਨਾ ਦੇ ਮੈਂ ਮਰਦਾ ਮੈਂ ਥੱਕ ਗਿਆ ਪੁੱਤਰਾਂ ਦਾ ਸਹਾਰਾ ਲੈ ਕੇ ਆ ਰਹੀ ਚਾਚਾ ਸਲਮਾਨ ਟੁਰੀ ਤਾਂ ਮੈਂ ਕਦਾਨ ਆਦੀ ਇਤਨੀ ਦੇਰ ਖੜੀ ਰਹੀ ਮੈਂ ਬਾਬੇ ਦਾ ਹੱਕ ਮੰਗੇ ਸਦਕੇ ਬਾਈ ਕਿਆ ਬਾਤ ਹੋ ਤੁਹਾਡੇ ਹਾਏ ਕਰਨ ਦੀ ਪੁੱਤਰਾਂ ਦੇ ਸਰਾਂ ਤੇ ਹੱਥ ਰੱਖਿਆ ਬਾਬੇ ਦੇ ਕਲਮਾ ਪੜ੍ਹਨ ਵਾਲੇ ਦਰ ਡਿੱਠੇ ਜਿਵੇਂ ਬੁਰਕੇ ਚ ਕਰੀ ਆਈ ਦੇ ਕਿਹਾ ਜੀ ਮੈਂ ਗੱਲ ਕਰਨੀ ਹੈ ਇਹਦਾ ਜਲਦੀ ਬੋਲ ਬੀਬੀ ਇਹਦਾ ਦੁੱਖਾ ਵਹਿਣ ਕੀਤਾ ਮਦੀਨਾ ਹਲਿਆ ਇਹਦੇ ਪਾਸੇ ਰਿਤੇਜ ਦਵੇ ਕਿਹਾ ਜੀ ਮੇਰੇ ਪਿਓ ਦਾ ਤਾਕਤ ਸੰਭਾਲ ਗਈ ਤੇ ਕਾਨੂੰਨ ਦੇ ਬਦਲਾ ਨਹੀਂ ਹੱਕ ਨਾ ਪਿਆਰੇ ਆਏ ਜ਼ਾਲਮ ਉਹਦਾ ਲਿਖਿਆ ਹੋਇਆ ਝੁਠਲਾ ਚਾਚਾ ਕਿਧਰ ਅਜ਼ਾਦਾਰ ਪੁਰਾਣੇ ਸੈਯਦ ਉਮਤੀ ਬੈਠੇ ਬੜੇ ਪੁਰਾਣੇ ਅਜ਼ਾਦਾਰ ਬੈਠੇ ਹੋ ਉਸਲੇ ਬੀਬੀ ਆਖੇ ਕਲਮਾ ਪੜ੍ਹਨ ਵਾਲੇ ਇਹ ਲਿਖ ਚਾ ਬੇਸ਼ੱਕ ਤਾਰੀ ਰੇ ਜੁਮੇ ਖਾਲੀ ਪਈ ਵਹਿੰਦੀ ਇਹ ਲਿਖ ਚਾ ਜੋ ਮੇਰੇ ਲਹਜ਼ੇ ਚ ਵਾਲ ਚਿੱਟੇ ਹੋ ਗਏ
لکھ جا جو میرا حسین مدینہ چھڑے سی لیکن ہکا منت لا قتال حسین تے قید زینب تے میں دے سامنے مورا لا نہیں بی بی آجے میں پتر کٹھے تھا آئے وہ سائے ویسا میری دھی بازار الحمدللہ جی بسم اللہ بابا شوکت شاہ اللہ کلی سے یاد ہے بسم اللہ جی بسم اللہ بسم اللہ نوکرہ جی نوکرہ نوکرہ آدھی قتال حسین تے قید زینب تے میرے سامنے مورا لا نہیں بی بی آدھی میں پوتر کٹھے آئے وہ سائے ویسا میری دھی بازار الحمدللہ سونے تو سرون جی میں نوکر ہوں بابا شوکت نوکر ہاں پترا نال آباد ہوئے رنیے ترو کیا دیا قتال حسین تے قید زینب تے میرے سامنے مورا لا نہیں میں پتر کٹھے تا آئے وہ سائے ویسا میری دھی بازار بس میں اتنا ہی پڑھنا ہی عبادت پوری ہو گئی ہر بندہ رو بیٹھا ہر بندے دے آنسو آ گئے یقینی بخشش دا بہت بڑا سامان ہے نال چالیسواں بھی بڑے کمال سید دا اس مجلس دے حوالے نال ہے اور مرحومین دی بخشش واسطے مجلس ہے تو میں اس بی بی دی عزت چک لفظاں اور اس بی بی دی غربت پڑھدا دن بھی اس بی بی دن کوشش ہے اور منت کریں دا پیاں خصوصاً جتنے سادات مجلس چو یہ پہلے محنت کر کے ہاتھ جوڑ کے گزارش کر رہے ہیں کوشش کرائے انہاں ترے دنوں دے وچ کالا لباس پا کے مسلماناں نوں دسایا جی محمد دی دھی قتل ہوئی شہیدہ بی بی دا لقب ہے نا شہیدہ تے دسایا مسلماناں نوں یاد رکھیا جو ساڈا نقصان ہوئے دا محرم تو گھٹ اے دہاڑے نہیں بہت بڑا نقصان دا نام ہے بتول کیڈی دکھی ہے جن دے قاتل دا نام چاہ ہی نہیں سکیندا تھوڑی غربت ہے جڑی آپ آ دی آئی میرا جنازہ چھپاویں یا علی میرے جنازے چوں نہ ناون دیویں جے مینوں خالی بلائے بہت بڑا دکھ بی بی دا یقینی دو سطریں چ میں حوالے کرساں لیکن عزت تے اک لفظ ضرور آکھنے اگر عزت پڑی ویسی تے تاں دکھ دا پتہ لگ سی کوشش کرو اک سارے مل کے بلند صلوات تلاوت فرما دیو اسے بی بی دی عزت تے جڑے نہیں پڑھ دے پے شامل ہو اونچی صلوات پڑھو اللہ دیاں دتیوں یا نعمت چوں بہت بڑی نعمت ہے عظما دا نام ہے 14 12 5 جڑے اللہ سانوں اے عطا کیتن اے بہت بڑی اللہ نعمت دتی ہے جڑا بندہ نعمت عظما سمجھدے وی یقین نعمت عظما ہے تو کوشش کرنی ہے سبحان اللہ ضرور آکھنا ہے اللہ نے ایڈی وڈی نعمت دتی ہے جو محمد ممبر تے بیٹھا دے عورتیں کئی بتول رسول ہوے آ تے میری دھی بتول ہوے مہربانی جی بڑی مہربانی جی بسم اللہ جی اور اس بی بی دی عزت تے کتنا میں لفظ آکھ سکدا اللہ درجات بلند فرماوے آغا اظہر حسن زیدی صاحب قبلہ وہ بہت بڑا سونا لفظ آدھے ہیں وہ جڑے اس بی بی دی عزت وچ بول دین نا عزدار تو وہ انجے سمجھن جو ساری زبان کوثر دے پانی نال دھلی ہوئی بڑی مہربانی جی بڑی مہربانی جی اللہ تو سلامت رکھے کہڑے سونے تو سب بول پیو بڑے سونا آؤ جی بسم اللہ سونی توجہ ہے تواڈی نعمت چوں ساریاں نعمتاں نے گراون لگا اللہ نے اس زمین تے بہت بڑیاں عزت والیاں مستوراں دا نزول فرمائے انہیں عزت والی مستوراں دے وچ ایک قرآن مستور دسی ہے جس کا نام ہے مریم اور دوسری جڑی عزت والی مستور ہے وہ ہے حسنین دی پاک اماں سلوات پڑھو چا بی بی دی ذات تے صلی علی محمد والے محمد اس بی بی دی عزت تے کوشش کرنی چاہی دی جدن بھی اس بی بی دا نام آوے تذکرہ ہوئے سلوات پڑھی کرو جو اے بی بی مادن رسالت ہے ایک لفظ چاچا کدھر چلو میں آدھا چاہ جلدی جلدی بھائی زید لفظ آکھ دینا بھی جدہ پانچ اکٹھے ہوئے چادر تھلے رسول آئن حسنین آئن جناب علی آئن
घारी बतूल दई, वेहड़ी बतूल दई, चादर भी से बीबी दी आई, लेकिन आई सारे तो आखिर चे पहले बाकी हैं, ये आखिर ते आई है। क्यों? जो अल्लाह चाहता हा ये चार बह के बतूल दी इंतजार करें, बतूल बह के इन्हों दी इंतजार न करें। जिंदगी दराज हो भाई तुम्हारिया, क्या बात है? सारे बोलो हैदरी। बहुत बड़ी मेहरबानी जी इस बीबी की इज्जत, मेहरबानी जी। या अली अलैहिस्सलाम, जिंदगी तुम्हारिया दराज हो। और अल्लाह ने इन्होंने बीबियों का नजूल फरमाया, ये मुकाबला मवाजना बनता ही नहीं, ये नहीं बनता, इन्हों बीबियों का मवाजना बनता ही नहीं। जेड़ी अल्लाह ने ईसा की माँ का नजूल किते, वह भी बतूल है, वह भी बतूल है, लेकिन बगैर शोहर तो बतूल है, बगैर निकाह तो बतूल है। निकाह नहीं, शोहर नहीं, बतूल है। लेकिन कितनी इज्जत दी मालिक है मोहम्मद दी अकलौती धी। निकाह भी है, शोहर भी अली है। 15 रमजान नू कुरान जनाब हसन झोलिए च है, माँ रोजे नाली है, पोतरी झोलिए च बतूल ही मुझे। अल्लाह अकबर, अल्लाह अकबर, बिस्मिल्लाह जी। हैदरी, बतूल भी उसे तरीके नाल बीबी बतूल भी है। तो मेरे मोहतरम, याद रखना, जैनू कायनात कोई लम्हा सेकंड घंटा कोई ऐसा लम्हा आवे ही नहीं जड़ा इबादत रोके, उसनू बतूल आ देने। और बीबी बहुत बड़ी इज्जत दी मालिका, अल्लाह ने इस इज्जत एक लफ्ज होर आखना है, ये सिर्फ जेड़ी मरियम है ईसा दी माँ है, सिर्फ एक नबी दी माँ है जेड़ी, ये बतूल है। ये नबियों ने सुल्तान दी धीए, वलियों ने सुल्तान दी जौजे, ते यारा इमामा दी माँ है। क्या बात है भाई, क्या बात है! सारे बोलो, मेहरबानी जी। अल्लाह तुहानू सलामत रखे। मकाम इज्जत इतना, जो 3 साल दी हाई ते पियो दे सामने आंदी है, जदन भी आंदी आई खुतबा कत चकर उठी वे आ, 3 साल दी बतूल वास्ते मोहम्मद उठी वे, उठी वे हाथ सर झुका के आख्या, बाबा अमीर तू अमीर धी भी पियो दे सामने आवे। पियो उठीन दे तो नहीं, लेकिन मैं आंदी हाँ 3 साल मेरी जहरी जिंदगी है, तुस उठीन दे हो। नबी वाल चुम के आख्या, मैं कोई आप उठी ना। उत्तू आवाज आंदी है, मोहम्मद उठी जो मेरी पाक कनीज पई। जिन्हें वास्ते नबी उठींदा ही, उस वास्ते नबी दे उमती बैठे रहने। केड़ी सोहनी तुसा है कीती, वक्त की नजाकत भी सामने, सफर भी ढेर सारा करने। सादात बड़ी मेहरबानी की थी, मैं आया उन्हें खड़ा कर दिता, बड़ा लंबा सफर करने, हाथ जोड़ के जेड़ा वक्त आके गए उस 10 मिनट पीछे अपने अच्छे पढ़ने वाले भाइयों दे के हाजिरी पूरी कर जावा। बीबी दे ज़हन इतहाई कि मेरे प्यो वास्ते लोग उठी दे जी, अगर उठी सन तो यकीनी सुनत है ना नबी दी, उठी सन लेकिन 3 घंटे 40 मिनट चुप करके खड़ी रही। इस वक्त बाद कुर्सी वाले पूछे, कौन है? ते बीबी आदि मोहम्मद दी थी। हाँ, क्या बात है, तेरे आए करण दी, क्या बात है! केड़े दर्दा ले जी बिस्मिल्ला जवानी हो गई, केड़े दर्दा ले लोग आए बैठे हो। 3 घंटे 40 मिनट मैं आग छोड़े कि ना बंदे हाय नहीं की थी। कुरान की कसम है जड़ी खड़ी रही है उस वास्ते नबी उठी रही। बहुत बड़ी इज्जत दी मालिका, दरबार का तो इशारा ही हो सकता है। अगे चाचे खिजर बड़ा सोहना लफ्ज आखे, वह लफ्ज़ की तशरीह च एक लफ्ज मैं हो रहा दा, भी सलेमान आखे मैं मरदा तो मैं थक पिया। तो उसले सलेमान परदे च बोल के आदि, चाचा मैं तो थक पई हाँ, चाचा मैं तो मोहम्मद की धी हाँ ना, थक तो मैं ही पई हाँ, लेकिन मैं अज न मंगा कैनात दिया मजदूर धियां के हक मारे वैसे। बहु देर खड़ी रही, लिखो या प्यो दितेस दितेस तो इन्हें चाक की थी। अल्लाह अकबर, मैं कि पढ़ा मेरी के आजूरा ते चाक ए टुकड़े हो सनद ते चुनने शुरू किते, चुन दी रही है तो वे दी हुसैन दे रही है। बिस्मिल्लाह, आए अल्लाह अकबर, टुकड़े चुन दी लफ्ज की कदर करें, जब इस तरह रोव नहीं तो चुन दी रही तो वे दी हुसैन दे रही। हसन पूछे माँ को, अम्मा मैं तेरा वड्डा पुत्रा, टुकड़े चुन दियो तो वे दे हुसैन दे रो, इस दी क्या वजह? पुत्र दा मुंह चुम के आदि हुसैन दर तां वे दियां, उनू पई आदियां
غور نال ویکھ ٹکڑے ان چنیند. کیا بات ہے, پرانے عزاداراں چ میں لفظ آکھے حسین نو پیا دیاں جو ویکھ ٹکڑے ان چنیند, مت کربلا تینوں چننے پے ونجن. اس واسطے حسین مرحبا بھائی مرحبا, کیا بات ہے, کیڑے سونے آنسو, کیڑی سونی تیاری. شریف عزاداراں ولی جی 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 نوکراں, میں نوکراں میں نوکراں, حسین نو کھڑی آ دیاں حسین توں دیکھ مت کربلا تینوں ٹکڑے چننے پے ونجن. اس واسطے حسین نو آ دیاں جو دیکھ ولی اوکھی ولی, لحظے چ وال چٹے ہو گئے چوتھی چکے. اور یقین محکمے میں اتنے اشرف پڑ گیا اور انہیں سارے علاقے سارے چکیں ہر ویلے میں تھوڑا نوکر حاضر ہاں اور آندہ رہنے, لیکن قرآن کی قسم میں جاندا جو صاحب عقیدہ لوگ ہو تسا کدائی کوئی توہین معصوم تے جیڑا وڈا مسئلہ بھی کوئی پڑھے نہیں سن دے, سننا ہی نہیں چاہیے. میرے محترم اے لفظ کوئی نہیں ساڈے عقیدے دے خلاف ہے, ہٹی ہوئے تے دھی اکھ وڑ کون بڈھڑی. نہیں بھائی نہیں, ماں دی جھولی اچ بہ کے آدھی بیٹھی ہے اماں گئی تے لہجے جوال چٹے ہو گئے نہیں, دھی نو ہاں نہ لا کے آدھی نہ روا, نہ تیری ردا بچ دیے نہ تیرا بھرا بچ دے. جڑا دربار دا حال مرحبا مرحبا مرحبا, جڑا دربار دا حال ویکھائیاں نا, نہ تیرا پھرا بچ دے نہ تیری ردا بچ دیے. اوکھی جیندی رہی, اس تو مختصر نہیں بابا نیر شاہ جی وین تے پہنچ گیا 70 یا 75 دن 90 یا 95 دن. چاچا گزر باویں جتنے دن ہی جیندی رہی, میں تہاڈے نوکر تے ممبر تے آکھی رکھے تے آدھا راساں باویں ایک دن ہی جیندی رہی, رہی دکھی دکھی اتنی آئی جو حسین وانجا دائی نانا میں نو دس میری اماں اٹھی کے نماز کیوں نہیں پڑھ سکتی, نانا میں حسین پوچھے نایا میری ماں تا سجے ہاتھ نال تسبیح نہیں پڑھ سکتی. مرحبا بھائی مرحبا, جیندی رہی تے اوکھی رہی. دو جماعتی اسانی ہے بسم اللہ جی نوکراں نوکراں, اماں اٹھی کے نماز نہیں پڑھ سکتی, چادر وچھائیس تے وچھا کے بیٹھی آ رہی ہے, یا علی میری چادر تے بہ, علی نو چادر تے بلا کے ہاتھ جوڑ کے بیٹھی آ رہی ہے, یا علی ہاتھ میں اوکھا چاہے, اے ہاتھ میں اوکھا چاہے لیکن ہاتھ ملا کے پی آ رہی ہے, مینوں یتیم سمجھ کے معاف کر. علی فرمین توں تے غلطی, بی بی آ رہی ہے زخمی ہون تو بعد نہ تیرا بستر بنا سکی ہاں نہ تیرے پترا نو کھانے دے سکی ہاں. میں اس گل دی معافی منگنا, بندہ شیعہ یا سنی ہے پیکے دھیاں دے بیٹھے ہو یا بہنا دے بیرا ہائے نکل سی, رج رنے حیدر قرار تے رو کے پیا دن جا گھر تو منگیے تو مڑ مینوں معافی دے وے, تو سا کیڑی گل دی معافی منگ دو وے کہ دن جدا میں تیری ڈولی لمن گیا منا محمد میرا ہاتھ نپ کے وکھرا لائے گیا تے میری داڑی چم کے آ جان, یا علی میرا پوتر کوئی نہیں, یا علی میری ہکا دھی ہے مہربانی کرے میرے بعد روے نہیں. مرحبا مرحبا بھائی مرحبا, جی 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 میں نوکراں نوکراں, پوتر کوئی نہیں میری ہکا دھی ہے میرے بار روے نہیں. شریفوں وسیطہ کیتیاں, یا علی جنازہ رات چاہویں, یا علی میری قبر دے نشان ڈھیر بناویں, یا علی میرے جنازے چو نہ آویں جڑے میرے پیو دے جنازے چ کوئی نن, یا علی میری دفن کرن تو بعد مہربانی کریں مینوں اولاد ملائی رکھے. ایتھے لفظ دی قدر ضروری ہے شیعہ تے, رو کے بیٹھی آ دیے حسن ناوے میری نپ ویسی, امیر عالیہ ناوے میری نپ ویسی, پردہ دار ہے رنیے تے رو کے آدیے بھاویں ستا ہی پیو وی کربلا دا غریب چاہیے آویں, میری قبر تے آسماویں میرا او پوترے جیڑا دے اماں میں بجدے گھوڑے تو لانے, جیڑا دے اماں میں تیرا ضربہ نال تسا مری ونے. صدقے بھائی ختم ہو گئی میری سدی حاضری, دین آ کے چولے دیتےس چولے دے کے پیا دیے پیو تے دا میرے بعد کرسی اللہ دیسیا بھرا جہاں نا رکھی ونیا عباس, دنیا تے آسیا انہوں چولے پواویں تے منہ چم کے آکھے ماں پیا دیا یا انہ چولیاں دی لاج رکھیں جو میں ایک ہاتھ نال سیتن میرا دوجا ہاتھ نہ اٹھیندا. اگلی گل کریں چا آکھیں چولے نہ سمجھیں بہنا دے برکے سمجھیں, لج رکھیں شریف کن سنجنے دے ران دن, اے گلاں کر کے پتران واری جاؤ نانے دے روزے تے آ گئے تے حسن حسین کھڑا دا منگ او گل کر جڑی اماں کیتی گئی. تاریخ آ دی حسن بولیا نہیں حسین چپ نہیں رہ سکیا, بھرا دے کول آ کے بھرا دا بازو نپ کے دا ہٹ ون
ਅਮੀਰਾਂ ਨੂੰ ਮੰਗਣ ਦਾ ਵਲਜੂ ਨਹੀਂ ਆਉਂਦਾ। ਮੈਂ ਗਰੀਬ ਹਾਂ, ਮੈਂ ਮੰਗਦਾ ਨਾ ਉਹਨੇ ਦੀ ਜ਼ਰੀ 'ਤੇ ਅਮਾਮਾ ਰੱਖਾ ਹੈ ਅਤੇ ਹੱਥ ਰੱਖਿਆ ਤਾਂ ਬਹਿਰਾ ਦੀ ਖਾਲੀ ਵੱਲ ਆਈਏ, ਬਹਿਰਾ ਦੀ ਬੁੱਢੜੀ ਹੋ ਗਈ ਏ, ਬਹਿਰਾ ਅੰਮਾ ਸੱਜੇ ਹੱਥ ਨਾਲ ਤਸਬੀ ਨਹੀਂ ਪੜ ਸਕਦੀ, ਵੈਣ ਕਰਕੇ ਕਮਰ ਤਾਈਂ ਬਹਿਰਾ ਏ ਤੇ ਵੈਣ ਕਰਕੇ ਦਿਨ ਵੱਲ ਵੰਜੋ, ਮਾਂ ਮਰ ਗਈ। ਅੱਗੂ ਅਮੀਰ ਏ ਪਿੱਛੂ ਗਰੀਬ ਏ, ਅਮਾਮੇ ਹੀ ਨਾਨੇ ਕੋਲ ਨਾ ਲੈਣਾ ਹੀ ਨਾਨੇ ਕੋਲ, ਭਜਣਾ ਦੁਆ ਸ਼ੁਰੂ ਕੀਤੇ ਘਰ ਵਾਲੇ ਪਾਸੇ, ਜਿਵੇਂ ਭਜਦੇ ਆਉਂਦੇ ਹਨ, ਸਤਵੇਂ ਕਦਮ ਤੇ ਆਓ ਕਿ ਛੋਟਾ ਜਣ ਪੀ ਵੱਡਾ ਕੋਲ ਬਹਿ ਕਰ ਉੱਠੀ ਮਾਂ ਨੂੰ ਨੀਵੀ ਮਿਲਣਾ, ਵਿਰਾਲ ਪਾਸ ਵੇਖ ਅੰਮਾ ਮਿਲੀ ਤੁਹਾਨੂੰ ਆ ਕੇ ਇੰਤਜ਼ਾਰ ਕਰੇ, ਉਹ ਆਂਦਾ ਪੀ ਜੈ ਭਜਦੇ ਘੋੜੇ ਤੁਲਣ, ਉਹ ਆਂਦਾ ਪੀ ਜੈ ਤੇਰਾ ਜ਼ਰਬਾ ਨਾਲ ਤਸਾ ਮਰੀ ਬਣੇ, ਕੋਲ ਬਹਿ ਕਰ ਹੁਸੈਨ ਉੱਠੀ ਮੈਂ ਤੇਰਾ ਗਰੀਬ ਫਿਰਾ, ਹੁਸੈਨ ਦੇ ਨਾਨਾ ਦਰੀਆ ਹਸਨ ਅਮੀਰੇ, ਹੁਸੈਨ ਗਰੀਬ ਏ ਅੱਜ ਤੂੰ ਕਿਉਂ ਆਦੇ, ਮੈਂ ਗਰੀਬ ਆ ਮੈਂ ਏਡਾ ਗਰੀਬ ਆ, ਮੇਰੇ ਜਨਾਜ਼ੇ ਚੋਂ ਭੈਣਾ ਤੀਰ ਕੱਢਣ, ਹੁਸੈਨ ਦੇ ਭੈਣਾਂ ਕੱਢ ਲੈਣੇ, ਜਦੋਂ ਮੈਂ ਲਾਣਾ ਮੇਰੀਆਂ ਭੈਣਾਂ ਦੇ ਹੱਥ ਰੁੱਜ ਵੱਜਣੇ, ਮੇਰੀਆਂ ਭੈਣਾਂ ਅਕਸਰ ਹੁਸੈਨ ਭੈਣ ਲਾਂਦੀ ਪਈ। ਅਲਹਮਦੁਲਿਲਾ ਬਈ ਅਲਹਮਦੁਲਿਲਾ, ਮੈਂ ਰਾਜ਼ੀ ਹਾਂ ਪਰ ਦਿਆਲ ਰਾਜ਼ੀ ਹੋ ਵੀ, ਜੇ ਸਵੈਣ ਵਾਸਤੇ ਮੈਂ ਮਿਹਨਤ ਪਿਆ ਕਰਦਾ। ਸ਼ਰੀਫ ਅਜ਼ਾਦਾਰੋਂ ਦਰਵਾਜ਼ੇ ਤੇ ਆਏ, ਦਾਈ ਸਾਹਮਣੇ ਆਈ, ਹਸਨ ਦਾ ਚਿਹਰਾ ਵੇਖਿਆ ਦੀ ਆ ਖਾਣਾ ਦੇਵਾਂ, ਹਸਨ ਚੁੱਪ ਕੀਤੀ ਹੈ, ਹੁਸੈਨ ਦੇ ਹੋਠ ਵੇਖਿਆ ਜੀ ਆ ਪਾਣੀ ਦੇਵਾਂ, ਹੁਸੈਨ ਦਨ ਦੇ ਉਹ ਮਰ ਗਈ ਹੈ, ਜਿਹੜੀ ਰਾਤੀ ਉੱਠੀ ਕੇ ਪੀਵੈਂਦੀ ਹੈ, ਜਿਹੜੀ ਆਦੀ ਆਈ ਜਾਗ ਵੇਲਾ ਮਾਂ ਪਾਣੀ ਘੇਨਾਈ। ਹਾਕੀ ਨੀ ਆਈ ਬਾਈ, ਹਾਕੀ ਨੀ ਆਈ ਬਤੂਲ ਦੇ ਦਰਦਾਂ ਤੇ, ਜੀ 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 ਮੈਂ ਨੌਕਰ ਹਾਂ, ਨੌਕਰ ਹਾਂ, ਨੌਕਰ ਜੋ ਹਾਂ ਸੈਦ ਮੈਂ ਨੌਕਰ ਹਾਂ, ਸਦਾ ਤਾਂ ਖਸੂਸਾ ਨਾ ਕਹੀ ਉਹਨਾਂ ਦੀ ਦਾਦੀ ਦਾ ਜ਼ਿਕਰ ਪਿਆ ਕਰਦਾ, ਸ਼ਰੀਫ ਅਜ਼ਾਦਾਰਾਂ ਆਦੀ ਬੂਆ ਬੰਦ ਮੈਂ ਨਹੀਂ ਕੀਤਾ, ਬੰਦ ਤੇਰੀ ਮਾਂ ਕਰਾ ਗਈ, ਹੁਸੈਨ ਦੁਰ ਤੁਰ ਵੇਖਿਆ ਮੂਰਸਾ ਹੋ ਗਈ ਆਈ ਸਾਡੇ ਵਿਹੜੇ ਚ ਰਾਂਦੀ, ਤੂੰ ਕੋਈ ਨਹੀਂ ਪਹਿਚਾਣਾ, ਜੇ ਅਗਰ ਬੰਦ ਅੰਮਾ ਦਰਵਾਜ਼ਾ ਕਰਾਏ ਮੈਂ ਵੱਲਿਆ ਵੈਨ, ਚੌਖੀ ਮੁਦਤ ਰਾਂਦੀ ਹੈ ਯਾਰਾਂ ਦੀ ਰਾਤ, ਅੰਮਾ ਜੋ ਮਿਲਣਾ ਸੀ ਮੈਂ ਹੀ ਨਾ ਮਿਲ ਸਾ, ਉਸਲੇ ਅੰਦਰੂ ਵੈਣ ਆਇਆ ਦਾਈ ਆਵਣ ਦੇ ਮੇਰਾ ਗਰੀਬ ਪੁੱਤਰ ਆਦੀ ਆਵਣ ਦੇ, ਮੈਂ ਚੱਕੀਆਂ ਪੀ ਪੀ ਭਲੇਂਦੀ ਰੇ ਆਦੀ ਆਵਣ ਦੇ, ਉਹ ਮੇਰਾ ਤਸਾ ਪੁੱਤਰੇ ਖਤਮ। ਜਿਸ ਵੈਣ ਵਾਸਤੇ ਮਿਹਨਤ ਆਈ, ਸਾਈਆਂ ਦਾ ਗੁੱਸਲ ਮੈਂ ਕੋਸ਼ਿਸ਼ ਕੀਤੀ ਹੈ, ਪੜ੍ਹਿਆ ਨਹੀਂ ਨਾ ਮੈਂ ਪੜ੍ਹਨਾ, ਮੈਂ ਨਹੀਂ ਪੜ੍ਹਿਆ ਨਾ ਮੈਂ ਪੜ੍ਹਨਾ, ਜਨਾਜ਼ਾ ਤਿਆਰ ਹੋਏ, ਜਨਾਜ਼ਾ ਬਤੂਲ ਦਾ ਤਿਆਰ ਹੋਏ, ਅਲੀ ਸਿਰਾਂ ਦੀ ਆਏ ਖੜੇ, ਸਿਰਾਂ ਦੀ ਖੜੋ ਕਿਆ ਦਿਨ ਹੱਸਾਂ, ਨਾ ਹੁਸੈਨ ਹੈ ਨਾ ਆਲੀ ਹੈ, ਭੈਣ ਕਰ ਗਿਆ ਦਾ ਬਾਬਾ ਉਹ ਵਿਹੜੇ 'ਚ ਬੈਠੀ ਰੋਂਦੀ ਹੈ, ਮੇਰਾ ਵੀਰਾ ਬੂਹੇ 'ਤੇ ਬੈਠਾ ਰੋਂਦਾ, ਅਦੇ ਵਾਂਝ ਭੈਣ ਨੂੰ ਹੀ ਘਿਰਨਾ ਵੀਰਾ ਨੂੰ ਹੀ ਘਿਰਨਾ, ਜਦੋਂ ਭੈਣ ਕੋਲ ਆਏ ਮਲਕਾ ਸ਼ਾਮ ਮਿੱਟੀ ਛੋੜੀ ਹੈ, ਵੀਰਾ ਦੇ ਗੱਲ ਮੈਂ ਪਾ ਗਿਆ ਜੀ ਬਾਬੇ ਨੂੰ ਆ ਕੰਢ ਕਰ ਰਹੇ ਮੈਂ ਵਾਲ ਖੁੱਲੇ ਆਦੀਏ ਬਾਬਾ ਖੜੇ ਮੈਨੂੰ ਬਾਬੇ ਤੂੰ ਸ਼ਰਮ। ਕਿਆ ਬਾਤ ਹੈ ਤੇਰੇ ਹਾਏ ਕਰਨ ਦੀ, ਕਿਆ ਬਾਤ ਹੈ ਸ਼ਰੀਫਾਂ ਜਦੋਂ ਹੁਸੈਨ ਕੋਲ ਆਏ ਅਦਾ ਵੀਰ ਮੈਂ ਮਾਮਾ ਮੈਂ ਕੋਈ ਰੁਸਿਆ, ਉਹ ਫਖਰੇ ਮਰੀਆਮ ਮੈਂ ਫਖਰੇ ਈਸਾ, ਅੱਜ ਮੇਰਾ ਦਿਲ ਹੈ ਭਾਵੇਂ ਕਫਨ ਚ ਹੀ ਹੈ ਮੈਨੂੰ ਇਥਾਂ ਹੀ ਛੱਡ ਮਾਰੇ, ਉਸਲੇ ਕਫਨ ਤੇ ਬੰਦ ਖੁੱਲੇ ਹੱਥ ਵਧਾ ਕੇ ਦੀ ਆ ਮੈਂ ਸੌ ਵੇਰੀ ਗੱਲ ਲਾਵਾਂ, ਇਤੂ ਬਤੂਲ ਦੇ ਹੱਥ ਵਧੇ ਨੀ ਨਾਇਆ ਜਿਵੇਂ ਤਸਾ ਪਾਣੀ ਦੇ ਰਾਂਦੇ, ਮਾਂ ਦੇ ਪੈਰ ਚੁੰਮ ਕੇ ਆਦਾ ਦੱਸ ਕਿਵੇਂ ਕੱਢਣੀ ਏ ਬਰਛੀ, ਅਕਬਰ ਦੀ ਕਿਵੇਂ ਅਸਗਰ ਨੂੰ ਦਫਨੇ ਸਾਂ ਕਿਵੇਂ ਚੁਣਨੇ ਨੇ ਟੁਕੜੇ ਅਲਾ ਲਾਨਤੁਲਾਹ ਅਲਾ।